ਗੁਰੂ ਗੋਬਿੰਦ ਖੜੇ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ ਚ ਤੁਹਾਡੇ ਪਿੰਡ ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ, ਸੇਵੀਆਂ ਬਣਾਉਣ ਵਾਲੇ ਆ ਗਏ ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ। ਪੈਕਟ ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ, ਇੱਕ ਵਾਰੀ ਜਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ ਚ, ਤੁਹਾਡੀ ਗਲੀ ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ, ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ, ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਸੇਵੀਆਂ ਵਾਲੀ ਗੱਡੀ ਇੱਧਰ ਹੈ। ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ ਚ ਤੁਹਾਡੇ ਪਿੰਡ ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ, ਸੇਵੀਆਂ ਬਣਾਉਣ ਵਾਲੇ ਆ ਗਏ ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ। ਪੈਕਟ ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ, ਇੱਕ ਵਾਰੀ ਜਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ ਚ, ਤੁਹਾਡੀ ਗਲੀ ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ, ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ, ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਸੇਵੀਆਂ ਵਾਲੀ ਗੱਡੀ ਇੱਧਰ ਹੈ। ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ ਚ ਤੁਹਾਡੇ ਪਿੰਡ ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ, ਸੇਵੀਆਂ ਬਣਾਉਣ ਵਾਲੇ ਆ ਗਏ ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ। ਪੈਕਟ ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ, ਇੱਕ ਵਾਰੀ ਜਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ ਚ, ਤੁਹਾਡੀ ਗਲੀ ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ, ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ, ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਸੇਵੀਆਂ ਵਾਲੀ ਗੱਡੀ ਇੱਧਰ ਹੈ। ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ ਚ ਤੁਹਾਡੇ ਪਿੰਡ ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ,
ਸੇਵੀਆਂ ਬਣਾਉਣ ਵਾਲੇ ਆ ਗਏ। ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ। ਪੈਕਟ 'ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ, ਇੱਕ ਵਾਰੀ ਜ਼ਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ 'ਚ, ਤੁਹਾਡੀ ਗਲੀ 'ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ, ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ। ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਸੇਵੀਆਂ ਵਾਲੀ ਗੱਡੀ ਇੱਧਰ ਹੈ। ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ 'ਚ, ਤੁਹਾਡੇ ਪਿੰਡ 'ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ, ਸੇਵੀਆਂ ਬਣਾਉਣ ਵਾਲੇ ਆ ਗਏ। ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ। ਪੈਕਟ 'ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ, ਇੱਕ ਵਾਰੀ ਜ਼ਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ 'ਚ, ਤੁਹਾਡੀ ਗਲੀ 'ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ, ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ। ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਸੇਵੀਆਂ ਵਾਲੀ ਗੱਡੀ ਇੱਧਰ ਹੈ। ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ 'ਚ, ਤੁਹਾਡੇ ਪਿੰਡ 'ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ, ਸੇਵੀਆਂ ਬਣਾਉਣ ਵਾਲੇ ਆ ਗਏ। ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ। ਪੈਕਟ 'ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ, ਇੱਕ ਵਾਰੀ ਜ਼ਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ 'ਚ, ਤੁਹਾਡੀ ਗਲੀ 'ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ, ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ। ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਸੇਵੀਆਂ ਵਾਲੀ ਗੱਡੀ ਇੱਧਰ ਹੈ। ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ 'ਚ, ਤੁਹਾਡੇ ਪਿੰਡ 'ਚ ਆ ਗਏ ਨੇ। ਮੈਦਾ, ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ, ਸੇਵੀਆਂ ਬਣਾਉਣ ਵਾਲੇ ਆ ਗਏ। ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ, ਸੂਜੀ, ਆਟੇ ਦੀਆਂ ਸੇਵੀਆਂ ਬਣਵਾ ਲਓ। ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ, ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ।
ਪੈਕਟ ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ ਇੱਕ ਵਾਰੀ ਜਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ ਚ ਤੁਹਾਡੀ ਗਲੀ ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ, ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ ਸੇਵੀਆਂ ਵਾਲੀ ਗੱਡੀ ਇੱਧਰ ਹੈ, ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ। ਇਲਾਕੇ ਦੇ ਰਹਿਣ ਵਾਲੇ ਭੈਣੋ ਤੇ ਭਰਾਓ, ਤੁਹਾਡੇ ਜਾਣੇ ਪਹਿਚਾਣੇ ਮਲਕੀਤ ਹਿਜਰਾਵਾਂ ਵਾਲੇ ਤੁਹਾਡੀ ਗਲੀ ਚ ਤੁਹਾਡੇ ਪਿੰਡ ਚ ਆ ਗਏ ਨੇ। ਮੈਦਾ ਸੂਜੀ ਜਾਂ ਆਟੇ ਦੀਆਂ ਸੇਵੀਆਂ ਬਣਵਾ ਲਓ। ਹਾਂਜੀ ਸੇਵੀਆਂ ਬਣਾਉਣ ਵਾਲੇ ਆ ਗਏ ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ, ਮਲਕੀਤ ਹਿਜਰਾਵਾਂ ਵਾਲੇ ਆ ਗਏ। ਮੈਦਾ ਸੂਜੀ ਆਟੇ ਦੀਆਂ ਸੇਵੀਆਂ ਬਣਵਾ ਲਓ, ਵੇਸਣ ਦਾ ਭੁਜੀਆ ਵੀ ਕੱਢਿਆ ਜਾਂਦਾ ਹੈ। ਇੱਧਰ ਇੱਧਰ ਤੁਹਾਡਾ ਧਿਆਨ ਕਿੱਧਰ ਹੈ? ਸੇਵੀਆਂ ਵਾਲੀ ਗੱਡੀ ਇੱਧਰ ਹੈ, ਪੈਕਟ ਚ ਪੈਕਿੰਗ ਕਰਕੇ ਵੀ ਦਿੱਤੀਆਂ ਜਾਂਦੀਆਂ ਨੇ। ਲਓ ਜੀ ਇੱਕ ਵਾਰੀ ਜਰੂਰ ਆਓ ਤੇ ਸੇਵਾ ਦਾ ਮੌਕਾ ਦਿਓ। ਤੁਹਾਡੇ ਪਿੰਡ ਚ ਤੁਹਾਡੀ ਗਲੀ ਚ ਆ ਗਏ ਮਲਕੀਤ ਹਿਜਰਾਵਾਂ ਵਾਲੇ। ਮੈਦਾ ਸੂਜੀ ਤੇ ਆਟੇ ਦੀਆਂ ਸੇਵੀਆਂ ਕੱਢੀਆਂ ਜਾਂਦੀਆਂ, ਵੇਸਣ ਦਾ ਭੁਜੀਆ ਕੱਢਿਆ ਜਾਂਦਾ ਹੈ। ਇੱਧਰ ਇੱਧਰ ਸੇਵੀਆਂ ਵਾਲੀ ਗੱਡੀ ਇੱਧਰ ਹੈ, ਇੱਧਰ ਆ ਜਾਓ ਭਾਈ ਸਾਹਿਬ, ਇੱਧਰ ਆ ਜਾਓ ਮਾਤਾ ਜੀ, ਇੱਧਰ ਆ ਜਾਓ ਵੀਰ ਜੀ, ਸੇਵੀਆਂ ਕਢਵਾ ਲਓ ਜਾਂ ਫਿਰ ਵੇਸਣ ਦਾ ਭੁਜੀਆ ਕਢਵਾ ਲਓ।